ਅਰਮਾਨ ਜੋ ਸਿੰਘ ਜਮਾਤ 10ਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੈਣੀ ਦਰੇੜਾ ਵੱਲੋਂ ਆਪ ਸਭ ਨੂੰ 400 ਸਾਲਾ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਬਾਹਾਂ ਜਿੰਨਾ ਕੀ ਪਕੜੀਐ ਸਿਰ ਦੀ ਜਬਾਨਾ ਛੋੜੀਐ ਤੇ ਬਹਾਦਰ ਬੋਲਿਆ ਤਰ ਪਾਈਆ ਧਰਮ ਨਾ ਛੋੜੀਐ ਆਪ ਜੀ ਦਾ ਜਨਮ ਮਾਤਾ ਨਾਨਕੀ ਜੀ ਦੀ ਕੁੱਖੋਂ ਹਰ ਗੋਬਿੰਦ ਸਾਹਿਬ ਜੀ ਦੇ ਗ੍ਰਹ ਅੰਮ੍ਰਿਤਸਰ 1 ਅਪ੍ਰੈਲ 1621 ਈਸਵੀ ਨੂੰ ਹੋਇਆ। ਬੰਦਗੀ, ਕਿਰਤ, ਕੁਰਬਾਨੀ, ਸ਼ਾਸਤਰ ਵਿਦਿਆ, ਤਿਆਗ ਆਪ ਜੀ ਨੇ ਬਾਬਾ ਬੁੱਢਾ ਜੀ, ਕਰਤਿਤਾ ਜੀ ਤੇ ਚੇਠਾ ਜੀ ਤੋਂ ਪ੍ਰਾਪਤ ਕੀਤਾ। ਆਪ ਜੀ ਦਾ ਵਿਆਹ ਗੁਜਰੀ ਜੀ ਨਾਲ ਹੋਇਆ। 1632 ਈਸਵੀ ਵਿੱਚ ਜਦ ਬੈਂਦੇ ਖਾਤੇ ਕਾਲੇ ਖਾਨੇ ਕਰਤਾਰ ਪਰਤੇ ਹਮਲਾ ਕੀਤਾ ਤਾ 13 ਸਾਲ ਦੀ ਉਮਰ ਚ ਆਪਨੇ ਤੈਗ ਦੇ ਐਸਾ ਜ਼ਹਿਰ ਦਿਖਾਏ ਕਿ ਆਪ ਦਾ ਨਾਮ ਤਿਆਗ ਮਲ ਤੋਂ ਤੈਗ ਬਹੱਦਰ ਪੈ ਗਿਆ 6ਵੇਂ ਪਾਸ਼ਾ ਜੀ ਨੇ ਗਰਗਦੀ ਹਰਾਈ ਜੀ ਨੂੰ ਦਿੱਤੀ ਤਾ ਓਨਾ ਦੇ ਹੁਕਮ ਮੁਤਾਬਕ ਆਪ ਮਾਤਾ ਨਾਨਕੀ ਤੈਗ ਗੁਜਰੀ ਜੀ ਨੂੰ ਲੈ ਬਕਾਲੇ ਚਲੇ ਗਏ ਹਰਾਈ ਜੀ ਤੋਂ ਬਾਅਦ ਹਰ ਕ੍ਰਿਸ਼ਨ ਜੀ ਆਏ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗਰ ਗੱਦੀ ਦਾ ਇਸ਼ਾਰਾ ਕਰ ਗਏ ਬੱਬਾ ਬਕਾਲੇ ਬਕਾਲੇ ਬਹੁਤ سارے ਝੂਠੇ ਗੁਰੂ ਬਣ ਬੈਠੇ ਤਾਂ ਮੱਖਣਸ਼ਾ ਨੇ ਸਭ ਨੂੰ ਦੋ ਦੋ ਮੋਰਾ ਪੇਟ ਕੀਤੀਆਂ ਜਾਦਗੁਰੂ ਜੀ ਨੇ ਦਸਵੰਦ ਮੰਗਿਆ ਤਾਂ ਭੇਤ ਖੁੱਲ ਗਿਆ ਉਹ बावਲਾ ਹੋ ਕੋਠੇਚੜ ਬੋਲਿਆ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਆਪਨੇ ਕਹਿਲੂਰ ਦੇ ਰਾਜਾ ਦੀਪਚੰਦੀ ਰਾਣੀ ਚੰਪਾ ਤੋਂ 565 ਮੱਖੋਵਾਲ ਖਰੀਦ ਨਾਮ ਚੱਕ ਨਾਨਕੇ ਰੱਖਿਆ ਜੋ ਬਾਅਦ ਵਿੱਚ ਅਨੰਤਪੁਰ ਖਾਲਸੇ ਦੀ ਜਨਮ ਭੂਮੀ ਬਣਿਆ ਨਾਮਾ ਥਾਮਾ ਤੇ ਘਟਨਾਮਾ ਬਾਰੇ ਇਤਿਹਾਸਕਾਰਾਂ ਦੇ ਮੱਥ ਇੱਕ ਨਹੀਂ ਆਪਨੇ ਪਖੰਡਾਂ ਦਾ ਖਾਤਮਾ ਕਰਨ ਲਈ ਨਬੀਆਂ ਯਾਤਰਾਵਾਂ ਕੀਤੀਆਂ ਪੀਕੀ ਬਲਊ अली शेर कियाला मत तलवंडी साबो मुरादाबाद लखनऊ बाराबंती ट्रेन सर प्रयाग काशी गया तुम पटना परिवार ਨੂੰ ਛੱਡ ਕੇ ਆਪ ਬੰਗਾਲ ਬਿਹਾਰ ਤੇ ਉੜੀਸਾ ਦੀ ਯਾਤਰਾਵਾਲ ਨਿਕਲ ਗਏ ਬੰਗਾਲ ਦੇ ਟਾਕੇ ਸ਼ਹਿਰ ਤੋਂ ਖਬਰ ਮਿਲੀ ਕਿ ਆਪ ਦੇ ਗ੍ਰਹਿ ਬਾਲਾਪ੍ਰੀਤ ਨੇ ਜਨਮ ਲਿਆ 4 ਸਾਲ ਬਾਅਦ ਜਦ ਘਰ ਆਪ ਸਾਇਤਾ ਨਾਮ ਬਦਲ ਕੇ ਕੋਬਨਦਰਾਇ ਰੱਖ ਦਿੱਤਾ ਜੋ ਬਾਦ ਵਿੱਚ ਅਮ੍ਰਿਤਸਰ ਕੇ ਗੁਰੂ ਕੋਬਨ ਸਿੰਘ ਜੀ ਬਣ ਕੇ ਅਰੰਗਜੈਬ ਨੇ ਇੱਕ ਧਰਮ ਕਰਨ ਲਈ ਧਰਮ ਪਰिवर्तन ਲਹਿਰ ਚਲਾਈ ਤਾਂ ਸ਼ੇਰ ਅਫਗਾਨ ਰਾਹੀਂ ਕਸ਼ਮੀਰੀ ਪੜਤਾ ਤੇ ਵੀ ਇਹ ਘਟਾਇਆ ਗਿਆ ਜੱਜ ਜ਼ੁਲਮ ਦਾ ਅਤ ਹੋ ਗਿਆ ਤਾਂ ਉਤਰ ਪਰੰਪਰਾਂਧੀ ਹੋਇ ਹਿਟ குருਜੀ ਕੋਇ குருਜੀ ਫਰਮਾਇਆ ਜ਼ੁਲਮ ਨੂੰ ਰੋਕਾਂ ਲਈ ਕੁਰਬਾਨੀ ਦੀ ਲੋੜ ਹੁੰਦੀ ਹੈ ਤਤ ਛੋਟੀ ਉਮਰੇ ਗੋਬਿੰਦ ਰਾਏ ਜੀ ਨੇ ਕਿਹਾ ਇੱਕ ਕਾਰਜ ਤਾਂ ਆਡੇ ਤੋਂ ਬਿਹਤਰ ਹੋਰ ਕੌਣ ਕਰ ਸਕਦਾ ਹੈ ਆਪ ਜੀ ਨੇ ਗੋਬਿੰਦ ਰਾਏ ਜੀ ਨੂੰ ਕਦੀ ਸਾਫ ਪੰਜ ਸਿੱਖਾਸਮੇਂ ਦਿੱਲੀ ਵੱਲ ਚੱਲੇ ਪਾਏ ਪਰ ਆਪ ਨੂੰ ਆਗਰੇ ਤੋਂ ਗ੍ਰਿਫਤਾਰ ਕਰ ਪਿੰਜਰੇ ਵਿੱਚ ਕੈਦ ਕਰ ਦਿੱਤਾ ਪਹਿਲਾ ਲਾਲਚ ਤੇ ਫੇਰ ਤਸੀਹੇ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿਆਲਾ ਜੀ ਨੂੰ ਦੇ ਚਬਾਲ ਸਤੀ ਦਾ ਜਿਹਨੂੰ ਰੂਲ ਬੈ ਤਗਨ ਪੇਂਟ ਕਰ ਦਿੱਤਾ ਆ ਫਿਰ ਬਿਨਾ ਢੋਲੇ ਤਾਂ ਸੈਯਦ ਜਲਾਲੁਦੀਨ ਜਲਾਦ ਨੇ ਆਪ ਦੇ ਤਰ ਤੋ ਸੀਸ ਅਲੱਗ ਕਰ ਦਿੱਤਾ ਜਿਸਨੂੰ ਜੈਤਾ ਜੀ ਲੈ ਗਏ ਤੇ ਬਣੇ ਰੰਗਰੇਟੇ ਗੁਰੂ ਕੇ ਬੇਟੇ ਤੜ ਨੂੰ ਲਖੀ ਸ਼ਾਹ ਨੇ ਆਪਣੇ ਘਰスメ ਜਲਾ ਅਗਨ ਪੇਂਟ ਕੀਤਾ ਧਰਮ ਨੂੰ ਬਚਾਉਣ ਵਾਲੇ ਮਹਾਨ ਗੁਰੂ ਜੀ ਦੇ 15 ਰਾਗਾਂ ਚ ਨਾ ਹੱਥ ਸ਼ਬਦ ਤੇ 57 ਸ਼ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਚਨ ਤੇ ਬਹਾਦਰ ਕੈ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਪਇਓ ਜੈ ਜੈ ਚੈ ਸੁਰ ਲੋਕ